ਤੇਰੀ ਤਾਂ ਸਿਫਤ ਉਸਤਾਦ ਕਰਦਾ ਜੌਣੇ ਮੌਰ ਵਾਲਾ ਸਿੰਦਾ ਯਾਦ ਕਰਦਾ ਰੋਟੀਆਂ ਦੇ ਕਈਆਂ ਦੇ ਵਸੀਲੇ ਬਣ ਕੇ ਧੱਕੇ ਨਾਲ ਕਈ ਚਮਕੀਲੇ ਬਣ ਗਏ ਵਾਹ ਕੀ ਬਾਤ ਹੈ ਸੋ ਫਿਲਮ ਕੀ ਬਾਤ ਚਲਣੀ ਚਾਹੀਦੀ ਚੱਲੂਗੀ ਵੀ ਪਹਿਲਾਂ ਫੇਕ ਜ਼ਿਕਰ ਹੋਏ ਚਮਕੀਲੇ ਬਾਰੇ ਕਿਸੇ ਨੂੰ ਬਹੁਤਾ ਕੁਝ ਪਤਾ ਨਹੀਂ ਸੀ ਮੇਰਾ ਸ਼ਗਿਰਤਾਂ ਹੈ ਸੀ ਪਰ ਉਹਨਾਂ ਨੇ ਪੁੱਤਾਂ ਤੋਂ ਵੀ ਵੱਧ ਪਿਆਰ ਕੀਤਾ ਖਾਸ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਚਮਕੀਲਾ ਜੀ ਤੇ ਫਿਲਮ ਬਣ ਰਹੀ ਬਣ ਰਹੀ ਹੈ ਇਮਤਿਆਜ਼ ਅਲੀ ਜੀ ਨੇ ਉਹਨਾਂ ਨੂੰ ਸ਼ੂਟ ਕੀਤਾ ਗਾ ਦਲਜੀਤ ਭਾਜੀ ਨਿਭਾ ਰਹੇ ਨੇਗੇ ਤੁਹਾਡੇ ਤੱਕ ਉਹ ਗੱਲ ਦੀ ਚਰਚਾ ਕੀਤੀ ਗਈ ਹੈ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਕਿ ਤੁਸੀਂ ਉਹਨਾਂ ਦੇ ਨਾਲ ਬਹੁਤ ਜ਼ਿੰਦਗੀ ਉਹਨਾਂ ਨੇ ਤੁਹਾਡੇ ਨਾਲ ਨਿਭਾਈ ਹੈ ਤੁਸੀਂ ਇਕੱਠੇ ਰਹੋਗੇ ਨਹੀਂ ਬਿਨਾਂ ਸ਼ੱਕ ਇਮਤਿਆਜ਼ ਅਲੀ ਸਾਹਿਬ ਉਹਨਾਂ ਨੇ ਮੇਰੇ ਨਾਲ ਬੈਠ ਕੇ ਗੱਲਾਂ ਕੀਤੀਆਂ ਕਿਉਂਕਿ ਬਹੁਤ ਕੁਝ ਪਹਿਲਾਂ ਫੇਕ ਜ਼ਿਕਰ ਹੋਏ ਚਮਕੀਲੇ ਬਾਰੇ ਕਿਸੇ ਨੂੰ ਬਹੁਤਾ ਕੁਝ ਪਤਾ ਨਹੀਂ ਸੀ ਕਿਉਂਕਿ ਜੇ ਤੁਹਾਡਾ ਕੋਈ ਬੇਟਾ ਆ ਤੇ ਬਾਪ ਨੂੰ ਪਤਾ ਹੁੰਦਾ ਇਹ ਕੀ ਛਾਇਆ ਜੇ ਕੋਈ ਸ਼ਾਗਿਰਦਾ ਤੇ ਉਸਤਾਦ ਨੂੰ ਪਤਾ ਹੁੰਦਾ ਸਭ ਸਾਰੀ ਉਹਨਾਂ ਨੂੰ ਸਟੋਰੀ ਦੱਸੀ ਤੇ ਅਸੀਂ ਬਾਕੀ ਉਹ ਵੱਡੇ ਡਾਇਰੈਕਟਰ ਨੇ ਅੱਛਾ ਕੰਮ ਉਹਨਾਂ ਨੇ ਕੀਤਾ ਸੋ ਅਸੀਂ ਚਾਹੁੰਦੇ ਆ ਭਈ ਚਮਕੀਲਾ ਮੇਰਾ ਸ਼ਾਗਿਰਦ ਤਾਂ ਹੈ ਸੀ ਪਰ ਉਹਨੇ ਪੁੱਤਾਂ ਤੋਂ ਵੀ ਵੱਧ ਪਿਆਰ ਕੀਤਾ ਭਈ ਤੇਰੀ ਤਾਂ ਸਿਫਤ 우ਸਤਾਦ ਕਰਦਾ ਜੌਣੇ ਮੌਲ ਵਾਲਾ ਛਿੰਦਾ ਯਾਦ ਕਰਦਾ ਰੋਟੀਆਂ ਦੇ ਕਈਆਂ ਦੇ ਵਸੀਲੇ ਬਣ ਗਏ ਧੱਕੇ ਨਾਲ ਕਈ ਚਮਕੀਲੇ ਬਣ ਗਏ ਵਾਹ ਕੀ ਬਾਤ ਹੈ ਸੋ ਫਿਲਮ ਕੀ ਬਾਤ ਚਲਣੀ ਚਾਹੀਦੀ ਚੱਲੂਗੀ ਵੀ ਸੋ ਕੋਈ ਵੀ ਬਾਪ ਆਪਣੇ ਬੱਚੇ ਨੂੰ ਚੜ੍ਹਦੀ ਕਲਾ ਚ ਦੇਖ ਕੇ ਗੁੱਸੇ ਨਹੀਂ ਹੁੰਦਾ ਉਹ ਦੁਆ ਕਰਦਾ ਮੇਰਾ ਸ਼ਾਗਿਰਦ ਹੈ ਔਰ ਮੈਨੂੰ ਮਾਣ ਹੈ ਜਿਸ ਬੰਦੇ ਨੇ ਵੀ 우ਸਤਾਦ ਪੰਵਰਾ ਸਾਹਿਬ ਦੀ ਗੱਦੀ ਨੂੰ ਸਲਾਮ ਕੀਤਾ ਜਿਹੜਾ ਸਾਡਾ ਸ਼ਾਗਿਰਦ ਬਣਿਆ ਰੱਜ ਕੇ ਰੋਟੀ ਖਾਂਦੇ ਨੇ ਕੀ ਬਾਤ ਹੈ ਤੇ ਉਹ ਨੋਟ ਵੀ ਮਸ਼ੀਨਾ ਨਾਲ ਗਿਣਦੇ ਨੇ ਵਾਹ ਜੀ ਫਿਰ ਕਹਿੰਦੇ ਵੀ ਛੋਟੇ ਚੱਕ ਦੇ ਫਟੇ ਕਹਿੰਦੇ ਤਾਂ ਕਿ ਤੁਸੀਂ ਇੱਕ ਸਮੁੰਦਰ ਹੋਣਾ ਕਿ ਤੁਹਾਡੇ ਦਾ ਦਰਸ਼ਨੀ ਜੋ ਬੰਦਾ ਕਰ ਜਾਂਦਾ ਬੰਦਾ ਤਰ ਜਾਂਦਾ ਹੈ ਹਨਾ ਤੇ ਉਹ ਚੀਜ਼ਾਂ ਨਹੀਂ ਮੈਂ ਕੋਈ ਐਡੀ ਵੱਡੀ ਗੱਲ ਵੀ ਨਹੀਂ ਕਰਦਾ ਅਸੀਂ ਸ਼ਾਗਿਰਦ ਹੀ ਉਹਨੂੰ ਬਣਾਉਨੇ ਆ ਜਿਵੇਂ ਕਾਨਵੈਂਟ ਸਕੂਲ ਆ ਚਾਹੇ ਮੈਂ ਸਕੂਲ ਦੀ ਗੱਲ ਕਰਾਂ ਉਹ ਬੱਚਿਆ ਹੀ ਉਹ ਲੈਂਦੇ ਆ ਜਿਹੜਾ ਉਹਨਾਂ ਦੀ ਸਟੱਡੀ ਨੂੰ ਪੂਰਨ ਸਿੱਖ ਸਗੇ ਤੇ ਤਰੱਕੀ ਕਰ ਸੀ ਨਾ ਉਹੇ ਜਿਹੇ ਸ਼ਗਿਰਦ ਨਹੀਂ ਰੱਖਦੇ ਜਿਹੜਾ ਆਪਣਾ ਵੀ ਟਾਈਮ ਖਰਾਬ ਕਰੇ ਸਾਡਾ ਵੀ ਅਸੀਂ ਕੱਲ ਨੂੰ ਸਾਡਾ ਨਾ ਖਰਾਬ ਹੋਊਗਾ ਸੋ ਵਹਿਗਰੂ ਕਰੇ ਇਸੇ ਤਰ੍ਹਾਂ ਦੀਆਂ ਅੱਛੀਆਂ ਗੱਲਾਂ ਇਸ ਸਟੂਡੀਓ ਨਾਲ ਹੋਰ ਭਾਗ ਲੱਗਦੇ ਰਹਿਣ ਤੇ ਅਸੀਂ ਇੱਥੇ ਆਉਂਦੇ ਰਹੀਏ ਤੇ ਵਧੀਆ ਵਧੀਆ ਗਾਣੇ ਇੱਥੇ ਗਾਈਏ